ਜਦੋਂ ਦਾ ਮੈਂ ਮਨਪ੍ਰੀਤ ਨੂੰ ਮਿਲਿਆ, ਹੀ ਇਜ਼ ਵੈਰੀ ਅਡੋਰੇਬਲ, ਲਵਿੰਗ, ਕੇਅਰਿੰਗ ਐਂਡ ਸਮਟਾਈਮਸ ਲਿਟਲ ਸਟਰਬਿੰਗ। ਉਮਰਾਂ ਦੀ ਸਾਂਝ ਹੋਵੇ, ਉਮਰਾਂ ਦੀ ਸਾਂਝ ਹੋਵੇ ਯਾਰ ਤੇਰੇ ਨਾਲ। ਕਦੀ ਕਦੀ ਲੜਾਈ ਹੋ ਜਾਂਦੀ ਹੈ ਸਾਡੀ, ਬਹੁਤ ਜ਼ਬਰਦਸਤ ਲੜਾਈ ਹੁੰਦੀ ਹੈ, ਫਿਰ ਬਾਅਦ ਵਿੱਚ ਜੌਨ ਮੈਨੂੰ ਖੁਦ ਮਨਾ ਲੈਂਦੇ ਆ ਆਪਣੇ ਆਪ। ਉਮਰਾਂ ਦੀ ਸਾਂਝ ਹੋਵੇ ਯਾਰ ਤੇਰੇ ਨਾਲ, ਬਸ ਮੈਨੂੰ ਇੰਨਾ ਹੀ ਪਿਆਰ ਤੇਰੇ ਨਾਲ। ਜਿੰਨੀ ਕਹੇ ਜਦੋਂ ਦੇ ਇੱਕ ਦੂਸਰੇ ਨਾਲ ਸਾਡੀ ਫੈਮਿਲੀ ਨੇ ਇੱਕ ਦੂਸਰੇ ਨੂੰ ਦੇਖਿਆ, ਮਿਲਿਆ, ਸਾਡੇ 'ਚ ਅੰਡਰਸਟੈਂਡਿੰਗ, ਸਾਡੇ 'ਚ ਬੌਂਡਿੰਗ ਦਿਨ ਬ ਦਿਨ ਵੱਧਦੀ ਜਾ ਰਹੀ ਹੈ। ਯਾਰ ਤੇਰੇ ਨਾਲ, ਯਾਰ ਤੇਰੇ ਨਾਲ, ਯਾਰ ਤੇਰੇ ਨਾਲ, ਯਾਰ ਤੇਰੇ ਨਾਲ। ਜੌਨ ਤੇ ਜੌਨ ਦੀ ਫੈਮਿਲੀ ਬਹੁਤ ਸਪੋਰਟਿੰਗ ਹੈ ਤੇ ਬਹੁਤ ਕੇਅਰਿੰਗ ਆ, ਲਵਿੰਗ ਆ, ਸਾਰੇ ਬਹੁਤ ਪਿਆਰ ਕਰਦੇ ਆ ਮੈਨੂੰ। ਜਿੱਦਾਂ ਮਨਪ੍ਰੀਤ ਬੜੀ ਕੇਅਰਿੰਗ ਆ, ਮੰਮਾ ਡੈਡੀ ਨਾਲ ਬਹੁਤ ਹੀ ਥੋੜ੍ਹੇ ਸਮੇਂ ਦੇ ਵਿੱਚ ਬੜੇ ਵਧੀਆ ਤਰੀਕੇ ਨਾਲ ਘੁਲ ਮਿਲ ਗਏ। ਮੇਰੇ ਬਿਨਾ ਮੈਂ ਰਹਿਣੇ ਲਗਾ ਹੂੰ, ਤੇਰੀ ਹਵਾ ਮੇ ਰਹਿਣੇ ਲਗਾ ਹੂੰ, ਜਾਣੇ ਮੈਂ ਕੈਸੇ ਤੇਰਾ ਹੁਆ ਹੂੰ। ਮੁਝੇ ਤੋ ਲਗਤਾ ਹੈ ਮੈਂ ਸ਼ਾਇਦ ਤੇਰੇ ਦਿਲ ਕੀ ਦੁਆ ਹੂੰ। ਬਹੁਤ ਜ਼ਿਆਦਾ ਭੁੱਖ ਲੱਗੀ ਹੁੰਦੀ ਹੈ ਜੌਨ ਨੂੰ, ਜੌਨ ਬਹੁਤ ਇਰੀਟੇਟ ਹੋ ਜਾਂਦੀ ਸੀ ਅਤੇ ਜੌਨ ਨੂੰ ਕੁਝ ਨਹੀਂ ਦਿਖਦਾ ਸਿਵਾਏ ਖਾਣੇ ਤੋਂ। ਫਿਰ ਖਾਣਾ ਖਾ ਕੇ ਨਾ ਉਹ ਇੱਕਦਮ ਸੋ ਜਾਂਦੇ ਆ, ਰਿਲੈਕਸ ਹੋ ਜਾਂਦੇ ਆ। ਇਹ ਗੱਲ ਮੈਨੂੰ ਬਹੁਤ ਵਧੀਆ ਲੱਗ ਗਿਆ, ਇਸ ਲਈ ਮੈਂ ਕੋਸ਼ਿਸ਼ ਕਰੂੰ ਕਿ ਮੈਂ ਵਧੀਆ ਫੂਡ ਕੁੱਕ ਕਰ ਸਕਾਂ ਉਹਨਾਂ ਲਈ, ਰਿਲੈਕਸ ਕਰਾਂ। ਮੈਂ ਜੀ ਰਹਾ ਹੂੰ ਜਬ ਸੇ ਮੈਂ ਤੇਰੇ ਦਿਲ ਸੇ ਜੁੜਾ ਹੂੰ, ਰਾਹੋਂ ਪੇ ਤੇਰੀ ਮੈਂ ਤੋ ਚਲਾ ਹੂੰ, ਤੂੰ ਮੇਰੀ ਮੰਜ਼ਿਲ ਹੈ ਤੇਰੇ ਕਦਮੋਂ ਪੇ ਬਸ ਰੁਕਨੇ ਲਗਾ ਹੂੰ।